मोहाली में रविवार को मतदान के दौरान उस समय हंगामा हो गया जब एक बिल्डिंग से करीब 40 मतदाताओं को एक उम्मीदवार बस में भरकर वोटिंग बूथ पर मतदान समाप्ति से 40 मिनट पहले ले आया। जब मतदाताओं की वेरिफिकेशन की गई तो मतदाताओं इस बिल्डिंग से काफ़ी दिन पहले शिफ्ट हो गए, इसकी जानकारी आला अधिकारी ने दी। इसलिए इनका सूची में नाम नहीं है, लेकिन प्रत्याशी पुलिस के अधिकारियों से इस बात को लेकर झगड़ता रहा कि ये यहीं के मतदाता हैं। बाद में चंडीगढ़ के कांग्रेसी नेता देवेंद्र बबला को लेकर भी उस प्रत्याशी ने काफ़ी आरोप प्रत्यारोप जड़े। देखिए क्या मामला है कि कांग्रेसी नेता को क्यों सफाई देनी पड़ी कि वो मतदान केंद्र के अंदर नहीं गए, देखिए वीडियो में क्या कहना है। सॉरी और कांग्रेस पार्टी तो अंदर ही गया, मैं अंदरों तुझे बाहर निकले सर, तुझे अंदरों बाहर निकले वीडियो है इस तरह है, मैं बिल्कुल अंदर नहीं गया, मैं जरा बाहर तक है इतने गया सर, मेरा मोबाइल जरा है, मेरा एक बंदा सी उसको रह गया, मैं अपना मोबाइल लैन गया सर। अंदर मोबाइल जाए दादा जी? नहीं, मेरा मोबाइल नहीं है, ਮੇਰਾ ਮੋਬਾਈਲ ਕਿਸੇ ਦੀ ਗਲਤੀ ਨਾਲ ਜਿਹੜਾ ਹੈਗਾ ਪੁਲਿਸ ਵਾਲੇ ਕੋਲ ਰਹਿ ਗਿਆ ਸੀਗਾ, ਉਹ ਮੈਂ ਆਪਣਾ ਮੋਬਾਈਲ ਬਾਹਰੋਂ ਫੜਨ ਆਇਆ। ਮੀਡੀਆ ਨੂੰ ਨਹੀਂ ਅੰਦਰ ਜਾਣ ਦੇ ਰਹੇ, ਤੁਹਾਨੂੰ ਕਿਦਾਂ ਜਾਣ ਦਿੱਤਾ ਜੀ? ਭਾਈ ਜੀ ਮੈਂ ਤਾਂ ਗਿਆ ਹੀ ਨਹੀਂ ਅੰਦਰ, ਕੋਈ ਹੈ ਤੁਹਾਡੇ ਕੋਲ? ਹਾਂ ਫੋਟੋ ਹੈਗੀ ਤੁਹਾਡੇ ਕੋਲ? ਅੰਦਰ ਹੈਗੀ ਸਰ, ਵੀਡੀਓ ਵੀ ਹੈਗੀ ਸਰ, ਅੰਦਰੋਂ ਬਾਹਰ ਆਉਂਦੇ ਦੀ ਵੀਡੀਓ ਹੈ ਸਰ। ਮੈਂ 30-35 ਬੰਦੇ ਜਿਹੜੀ ਪ੍ਰਭਾ ਸਰਾ ਦੀ ਵੋਟਿੰਗ ਪਤਾ ਚੈੱਕ ਕੀਤੀ ਹੈ, ਇਹ ਟੋਟਲ ਜਿਹੜੀ 42-43 ਵੋਟਾਂ ਸੀ, ਇਹ ਇੱਥੋਂ ਪ੍ਰਭਾ ਆਸਰਾ ਜਿਹੜੇ ਸੀਗੇ, ਇੱਥੇ ਇਹਨਾਂ ਦੀ ਬਿਲਡਿੰਗ ਸੀ, ਉਹ ਉਹਨਾਂ ਨੇ ਵੇਚਤੀ। ਹੁਣ ਉੱਥੇ ਇੱਕ ਲੇਡੀਜ਼ ਬਜ਼ੁਰਗ ਰਹਿੰਦੇ ਸੀ, ਅਸੀਂ ਜਦੋਂ ਇਹਨੂੰ ਵੇਰੀਫਾਈ ਆਈ ਤਾਂ ਸਾਡੇ ਨਾਇਬ ਸਾਹਿਬ ਖੁਦ ਵੇਰੀਫਾਈ ਕਰ ਲਈ ਗਏ, ਤਾਂ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਵੀ ਅਸੀਂ ਇੱਥੋਂ ਇਹ ਸ਼ਿਫਟ ਹੋ ਚੁੱਕਿਆ, ਇਹ ਬਿਲਡਿੰਗ ਉਹਨਾਂ ਨੇ ਵੇਚਤੀ, ਹੁਣ ਅਸੀਂ ਖਰੀਦ ਲਈ ਹੈ, ਇੱਥੇ ਇਹ ਬੰਦੇ ਨਹੀਂ ਰਹਿੰਦੇ। ਦੈਨ ਅਸੀਂ ਇੱਕ ਹਫ਼ਤੇ ਦਾ ਉੱਥੇ ਨੋਟਿਸ ਲਾਇਆ, ਬਕਾਇਦਾ ਰਿਟਰਨ 'ਚ ਇੱਕ ਹਫ਼ਤੇ ਦਾ ਨੋਟਿਸ ਦਿੱਤਾ ਉੱਥੇ ਬਿਲਡਿੰਗ 'ਤੇ ਲਾਇਆ ਵੀ ਜੇ ਕਿਸੇ ਨੂੰ ਕੋਈ ਇਤਰਾਜ਼ ਆਏ ਤਾਂ ਇਹ ਵੋਟਾਂ ਕੱਟੀਆਂ ਜਾ ਰਹੀਆਂ, ਉਹਦੇ ਬਾਅਦ ਕਿਸੇ ਦਾ ਕੋਈ ਓਬਜੈਕਸ਼ਨ ਨਹੀਂ ਆਇਆ। ਤਾਂ ਆਹ ਜਿਹੜੀ ਵੋਟਰ ਲਿਸਟ ਹੁਣ ਅੰਦਰੋਂ ਲਿਆਂਦੀ ਹੈ, ਇਹਦੇ ਉੱਤੇ ਬਕਾਇਦਾ ਡਿਲੀਟਡ ਦਾ ਮਾਰਕ ਹੈ, ਰੈੱਡ ਪੈਨਾ ਜਿਹਦੀ ਜਿਹੜੀ ਡਿਲੀਟ ਹੁੰਦੀ ਹੈ, ਵੋਟਰ ਲਿਸਟ ਡਿਲੀਟ ਹੈ। ਇਹ 24 ਘੰਟੇ 'ਚ ਨਹੀਂ ਕੱਟੀਆਂ ਗਈਆਂ, ਇਹ ਵੋਟਾਂ ਬਕਾਇਦਾ ਕਾਨੂੰਨ ਦੇ ਮੁਤਾਬਕ ਅਸੀਂ ਜੋ ਵੀ ਪ੍ਰੋਸੈਸ ਅਡੋਪਟ ਕਰਕੇ ਇਹ ਬੰਦੇ ਇੱਥੇ ਨਹੀਂ ਰਹਿੰਦੇ, ਬਿਲਡਿੰਗ ਵਿਕ ਚੁੱਕੀ, ਇੱਥੇ ਪ੍ਰਭੂ ਆਸਰਾ ਆਸ਼ਰਮ ਟਰੱਸਟ ਟ੍ਰਾਂਸਫਰ ਹੋ ਚੁੱਕੇ।
ਜੀ ਸਰ ਤੁਸੀਂ ਕਨਫਰਮ ਕੀਤਾ ਫੋਨ ਨੰਬਰ ਹੁੰਦਾ ਵੋਟਰ ਸੂਚੀ ਦੇ ਉੱਤੇ, ਵੋਟਰ ਸੂਚੀ ਦੇ ਉੱਤੇ ਫੋਨ ਨੰਬਰ ਹੁੰਦਾ ਬਕਾਇਦਾ ਕੈਂਡੀਡੇਟ ਦੇ, ਕਾਫੀ ਜ਼ਿਆਦਾ ਥੋੜਾ ਆਧਾਰ ਕਾਰਡ ਦਾ ਨੰਬਰ ਵੀ ਹੈ, ਫੋਨ ਨੰਬਰ ਹੈ ਜੀ, ਕੋਈ ਆਧਾਰ ਕਾਰਡ ਦਾ ਨੰਬਰ ਨਹੀਂ ਹੁੰਦਾ, ਸਿਰਫ ਨਾਮ ਥੋੜੇ BLO ਸਰ ਲੈ ਕੇ ਜਾਂਦੇ ਨੇ ਘਰਾਂ ਦੇ ਵਿੱਚ, BLO ਦਾ ਨਹੀਂ ਜੀ, ਇਹ ਸਟੇਟ ਇਲੈਕਸ਼ਨ ਕਮਿਸ਼ਨ ਦਾ ਇਹ ਉਹ ਹੈਗਾ, ਇਹ ਨਵੀਂ ਪ੍ਰੋਸੈਸ ਕਰਨਾ ਸੀ, ਇਹ 'ਚ BLO ਇਨਵੋਲਵ ਨਹੀਂ ਹੁੰਦੇ, ਉਹ ਸਟੇਟ ਇਹ ਸਟੇਟ ਇਲੈਕਸ਼ਨ ਕਮਿਸ਼ਨ, ਅਸੀਂ ਆਪਦਾ ਨੋਟਿਸ ਦੇ ਕੇ ਜਿਹਨਾਂ ਨੂੰ ਇਤਰਾਜ਼ ਮੰਗੇ ਸੀ, ਬਕਾਇਦਾ ਸਟੇਟ ਇਲੈਕਸ਼ਨ ਕਮਿਸ਼ਨ ਦੀ ਡੇਟ ਆਈ ਸੀ, ਉਹਨਾਂ ਵੱਲੋਂ ਜੋ ਓਬਜੈਕਸ਼ਨ ਮੰਗੇ ਗਏ ਸੀ ਦੁਬਾਰਾ ਵੋਟਰ ਲਿਸਟ 'ਤੇ ਆ ਰਹੀ ਹੈ ਇਹ ਤਾਕ, ਤਹਿਸੀਲਦਾਰ ਮੌਲੀ ਰਵਿੰਦਰ ਬਾਂਸਲ ਸਰ ਇਹਨਾਂ ਨੂੰ ਜਾਣੂ ਕਰਵਾਇਆ ਕਿਸੇ ਨੂੰ ਤੁਸੀਂ? ਹਾਂਜੀ ਨੋਟਿਸ ਦਿੱਤਾ ਜੀ ਰਿਟਰਨ 'ਚ, ਉਹਦੇ ਉਹਨਾਂ ਦੇ ਬਕਾਇਦਾ ਉੱਥੇ ਜਿੱਥੇ ਬਿਲਡਿੰਗ ਸੀ ਉਹਦੇ ਚਸਪਾ ਕੀਤਾ ਗਿਆ ਸੀ ਨੋਟਿਸ। ਸਰ ਜਿੱਥੇ ਇਹਨਾਂ ਦਾ ਵੀ ਤਾਂ ਮੋਹਾਲੀ ਦੇ ਵਿੱਚ ਦਫ਼ਤਰ ਹੈ, ਫਿਰ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਇਨਵੋਲਵ ਕੀਤਾ? ਨਹੀਂ ਜੀ, ਅਸੀਂ ਤਾਂ ਜਿਹੜੀ ਬਿਲਡਿੰਗ 'ਤੇ ਹੁੰਦੀ ਹੈ ਉੱਥੇ ਇਨਵੋਲਵ ਨੋਟਿਸ ਦੇਣਾ ਹੁੰਦਾ ਵੀ ਭਾਈ ਤੁਹਾਡੀਆਂ ਵੋਟਾਂ ਇੱਥੇ ਸੀਗੀਆਂ, ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਵੀ ਇਹ ਕੱਟੀਆਂ ਜਾ ਰਹੀਆਂ ਤਾਂ ਤੁਸੀਂ ਉੱਥੇ ਆ ਕੇ ਪੇਸ਼ ਹੋ ਜਾਂਦੇ, ਆ ਕੇ ਸਬੂਤ ਕਰੋ। ਨਹੀਂ ਸੀਗਾ ਤਾਂ ਵੋਟਰ ਲਿਸਟ ਨਹੀਂ ਛਾਪਣਾ, ਛਾਪਣਾ ਕਿਉਂ ਜ਼ਰੂਰੀ ਨਹੀਂ ਸਰ? ਕਿਉਂ ਹਫ਼ਤਾ ਪਹਿਲੇ ਆਪਾਂ ਨੇ ਬੰਦ ਕੀਤਾ ਵੋਟਰ ਲਿਸਟ? ਨਹੀਂ ਨਵੀਂ ਨਹੀਂ ਬਣਦੀ ਜੀ, ਇਹ ਵੋਟਰ ਲਿਸਟ ਜਿਹੜੀ ਹੁੰਦੀ ਹੈ ਇਹ ਇਲੈਕਸ਼ਨ ਕਮਿਸ਼ਨ ਦੀ ਵੋਟਰ ਲਿਸਟ ਹੁੰਦੀ ਹੈ, ਉਹ 'ਚ ਜਿਹੜੀ ਵੋਟ ਡਿਲੀਟ ਕਰਦੇ ਹਾਂ ਇਲੈਕਸ਼ਨ ਕਮਿਸ਼ਨ ਦਾ ਉਹਦੇ ਅਸੀਂ ਡਿਲੀਟ ਦਾ ਨਿਸ਼ਾਨ ਲਾਉਂਦੇ। ਸਰ ਜਿਹੜੇ ਵੋਟ ਪਾਉਣ ਆ ਗਏ ਉਹ ਫਿਰ ਗਲਤ ਕਿੱਦਾਂ ਨੇ, ਕਿਉਂਕਿ ਇੱਥੇ ਤਾਂ ਵੋਟ ਦੇ ਵਿੱਚ ਹੈਗਾ ਕੁਦਰਤੀ ਉਹਨਾਂ ਨੌਂ ਨਹੀਂ ਹੈਗਾ, ਉਹ ਗਲਤ ਕਿੱਦਾਂ ਨੇ ਸਰ? ਉਹਨਾਂ ਨੂੰ ਤਾਂ ਉਰੇ ਆ ਕੇ ਪਤਾ ਲੱਗਿਆ ਨਾ, 21 ਜਿਹੜੀ ਮੰਨਦੇ ਆ ਜੀ, 21 ਨੂੰ ਪ੍ਰਕਾਸ਼ਨ ਹੋਈ ਆ, ਡਿਲੀਟ ਤਾਂ ਪਹਿਲਾਂ ਹੋ ਗਈ, ਡਿਲੀਟ ਹੋਣੀ ਚਾਹੀਦੀ ਸੀ, ਇਹ ਡਿਲੀਟ ਕੀਤੀ ਹੋਈ ਆ ਜੀ, ਇਹ ਉਹ ਲਿਸਟ ਜੀ ਕਦੋਂ ਕਿਵੇਂ ਕੀਤੀ ਆ ਦੱਸੋ ਪਹਿਲਾਂ, ਕਿਵੇਂ ਨਹੀਂ ਨਹੀਂ 24 ਘੰਟੇ ਪਹਿਲਾਂ ਕਿਵੇਂ ਕੀਤੀ ਆ ਕਰਕੇ ਐਸਡੀਐਮ ਸਾਹਿਬ ਉਹਦਾ ਕਰਨਾ ਸੀ ਸਰ। 6 ਨੰਬਰ ਫਾਰਮ ਦੇਣਾ ਹੁੰਦਾ ਜੀ, ਫਾਰਮ ਨਹੀਂ ਜੀ, 6 ਨੰਬਰ ਫਾਰਮ ਨਹੀਂ ਹੁੰਦਾ ਜੀ, 7 ਨੰਬਰ ਫਾਰਮ ਹੁੰਦਾ, 7 ਨੰਬਰ ਫਾਰਮ, 7 ਨੰਬਰ ਫਾਰਮ ਜਿਹੜਾ ਦੇਣਾ ਹੁੰਦਾ ਉਹ ਜੀ ਇੰਡੀਵਿਜੂਅਲ ਨੇ ਦੇਣਾ, ਜਦੋਂ ਕੋਈ ਇਕੱਠੀ ਆਦਾ ਆਇਆ ਉਸ ਕਿਸੇ ਨੇ ਓਬਜੈਕਸ਼ਨ ਕੀਤਾ, ਉਹ ਰਿਟਰਨ ਚ ਹੈਗਾ ਐਸਡੀਐਮ ਸਾਹਿਬ ਜੀ, ਤਹਿਸੀਲਦਾਰ ਸਾਹਿਬ ਦਾ 40 ਵੋਟ ਤਹਿਸੀਲਦਾਰ ਸਾਹਿਬ ਦਾ, ਵੋਟਰ ਪਾਉਣਾ ਹੈ ਉਹ ਕਿੱਦਾਂ ਗੱਲ ਦੇ ਵਿੱਚ, ਕਿਉਂਕਿ ਵੋਟ ਦੇ ਵਿੱਚ ਤਾਂ ਹੈਗਾ ਕੋਈ ਗੱਲ ਨਹੀਂ ਹੈਗਾ ਜੀ, ਨਹੀਂ 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 ਕੱਟੀ ਹੋਈ ਆ, ਉਹ ਕੱਟੀ ਹੋਈ ਆ, ਅਸੀਂ ਨਹੀਂ ਕੱਟੀ, ਵੋਟਰ ਨੂੰ ਤਾਂ ਨਹੀਂ ਪਤਾ ਹੈਗਾ ਜਿਹੜਾ, ਵੋਟਰ ਨੂੰ ਪਤਾ ਹੈ ਗੱਲ ਦਾ ਨਹੀਂ, ਵੋਟਰ ਨੂੰ, ਵੋਟਰ ਇੱਥੇ ਰਹਿ ਨਹੀਂ ਰਿਹਾ ਜੀ ਇਸ ਐਡਰੈਸ ਤੇ, ਵੋਟਰ ਤਾਂ ਨਹੀਂ ਉਹਨੂੰ ਪਤਾ, ਉਹਨਾਂ ਕੋ ਉਹਨੂੰ ਫਿਰ ਇੱਥੇ ਆ ਕੇ ਪਤਾ ਲੱਗਿਆ ਜੀ ਕਿੱਥੇ ਹੋ ਗਿਆ ਸਰ।